جناب پروفیسر اکمل شاہ ہزار دی جنگلی حیات کے بارے میں مقدر پرسن پروفیسر اکمل شاہ صاحب نعمتاں نال نوازیا ہوئے اور اس وچ جڑے
बच्चे ने खुद पिलाने वाले जानवर हैं, इन्हें क्या तकरीबन 50 किलो ज़्यादा किस्मों पाई हैं दुनिया में। इसके अलावा परिंदियाँ दिया तकरीबन 500 किस्मा परिंदियाँ दिया, बल्कि इसको ज़्यादा पाई हैं दुनिया में। इसे जो परिंदे शामिल नहीं जो माइग्रेट भी होते हैं यानी आते हैं और उसको तो रुकते हैं, बल्कि नेटिव या मौजूद जो परिंदे हैं पूरा साल वो शामिल हैं। और इस बहुत सारे रेप्टाइल्स पाए जाते हैं मार्को पोलो ने सब तो पहले 1883 में अपनी किताब में इसका जिक्र किया। इस
ਵਾਸਤੇ ਅਸਾਂ ਉਸੇ ਦੇ ਨਾਂ ਤੋਂ ਮਾਰਕੋ ਕੋਰੋਸ਼ੀ ਦਾ ਨਾਮ ਦਿੱਤਾ ਗਿਆ ਅਸੀਂ ਇਸਾਂ ਵੀ ਪਾਣੀ ਪਕੜਾਈ ਆਪਣੇ ਆ ਇਹ ਮਾਰਕੋ ਦੀ ਇੱਕ ਤਸਵੀਰ ਹੈ ਜਿਹੜੀ ਮੁਕਤਲਿਫ ਕਿਸਮ ਦੇ ਜਿੱਥੇ ਇਲਾਕੇ ਨੂੰ ਪਾਈ ਜਾਂਦੀ ਹੈ ਇਹ ਮਾਰਵਟ ਆਪਣੇ ਜੁਜ਼ ਹੈ ਔਰ ਇਹਦੀ ਅਦਾਰੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਇਹ ਗਲੇਰੀ ਇਸ ਤਰ੍ਹਾਂ ਦਾ ਇੱਕ ਮਾਰ ਹੁੰਦਾ ਹੈ ਜਿਹੜਾ ਪਾਇਆ ਜਾਂਦਾ ਹੈ ਇਹ ਸਾਡਾ ਰੀਸਿਸ ਮੰਕੀ ਹੈ ਮਤਲਬ ਬੰਦਰ ਦੀ ਉਹ ਕਿਸਮ ਹੈ ਜਿਸ ਨੂੰ ਰੀਸਿਸ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਅਗਰ ਤੁਸੀਂ ਬਲੱਡ ਗਰੁੱਪ ਚੈੱਕ ਕਰਾਉਂਦੇ ਹੋ ਤਾਂ ਬਲੱਡ ਗਰੁੱਪ ਉਹ ਦੱਸਦੇ ਨੇ ਪੋਜ਼ਿਟਿਵ ਜਾਂ ਨੈਗੇਟਿਵ ਏ ਪੋਜ਼ਿਟਿਵ ਏ ਬੀ ਪੋਜ਼ਿਟਿਵ ਏ ਏ ਪੋਜ਼ਿਟਿਵ ਏ ਔਰ ਇਹ ਪੋਜ਼ਿਟਿਵ ਜਿਹੜਾ ਹੈ ਨਿਕਲਿਆ ਏ ਨੂੰ ਸਾਥ ਨੇ ਰੀਸਿਸ ਫੈਕਟਰ ਔਰ ਸਭ ਤੋਂ ਪਹਿਲੇ ਇਸ ਬੰਦਰ ਤੇ ਰਿਸਰਚ ਹੋਈ ਗਈ ਔਰ ਇਸ ਤੋਂ ਪਤਾ ਚੱਲਿਆ ਕਿ ਬਲੱਡ ਗਰੁੱਪ ਪੋਜ਼ਿਟਿਵ ਨੈਗੇਟਿਵ ਵੀ ਹੁੰਦੇ ਨੇ ਇਸ ਵਾਸਤੇ ਇਹ ਜਿਹੜੀ ਨਸਲ ਹੈ ਨਾਯਾਬ ਨਸਲ ਇਹ ਸਾਡੇ ਨਸੀਏ ਗਲੀ ਔਰ ਬਾਕੀ ਦੁਨੀਆ ਤੇ ਏਰੀਆ ਵਿੱਚ ਇਹੀ ਬੰਦਰ ਪਾਇਆ ਜਾਂਦਾ ਹੈ ਰੀਸਿਸ ਮੰਕੀ ਸਾਥ ਤੇ ਅਸੀਂ ਸਾਹ ਦੂਜੇ ਕੀ ਆਨੇ ਆ ਇਹ ਉਹ ਹੈਚਰੀ ਹੈ ਜਿੱਥੇ ਰਿਛਾਂ ਦੀ ਅਫਜ਼ਾਇਸ਼ ਜਿਹੜੀ ਹੈ ਉਹ ਬੜੇ ਖੁੱਲੇ ਅਸਾਂ ਤੇ ਥੋੜਾ ਜਿਹਾ ਉਸ ਇਲਾਕੇ ਜੀ ਆ ਜਿੱਥੇ ਉਹ ਬੰਦ ਹੈ ਪਰ ਨਾ ਬੜੇ ਖੁੱਲੇ ਏਰੀਆ ਉਹਨਾਂ ਰੱਖਿਆ ਜਾਂਦਾ ਹੈ ਹਜ਼ਾਰਾ ਟੀਵੀ ਨੇ ਬਹੁਤ ਸਾਰੀ ਗੇਮ ਰਿਜ਼ਰਵ ਨੇ ਇੱਥੇ ਪਰਿੰਦਿਆਂ ਦਾ ਸ਼ਿਕਾਰ ਜਿਹੜਾ ਉਹ ਮਨਾ ਹੁੰਦਾ ਹੈ ਫਸਟ ਸੀਜ਼ਨ ਦੇ ਇਲਾਵਾ ਔਰ ਜਦੋਂ ਫਸਟ ਸੀਜ਼ਨ ਵੀ ਹੋਵੇ ਤੇ ਬਹੁਤ ਲਿਮਿਟਿਡ ਉਸ ਵਾਸਤੇ ਪਰਮਿਟ ਦਿੰਦੇ ਨੇ ਜਿਸੇ ਚਲਾ ਬਰਬਾਦ ਹੈ ਉਹ ਕਪੜਾ ਵੇ ਉਹ ਕਲਿੰਜਰ ਹੈ ਉਹ ਮੰਗੇ ਪੇਟਾ ਸ਼ਮਖਾਨ ਹੈ ਰਖ ਸਰਦਾਰਾ ਮੇ ਔਰ ਮਖਨਾਲ ਹੈ ਇਸੇ ਤਰ੍ਹਾਂ ਪ੍ਰਾਈਵੇਟ ਗੇਮ ਰਿਜ਼ਰਵ ਨੇ ਬਹੁਤ ਸਾਰੇ ਲੋਕ ਨੇ ਇੱਥੇ ਬੜੇ ਮੁਹੱਈਆ ਹਜ਼ਰਾਤ ਨੇ ਜਿਨ੍ਹਾਂ ਦੀ ਵੱਡੀ ਵੱਡੀ ਜ਼ਮੀਨਾਂ ਨੇ ਉਹਨਾਂ ਨੇ ਗਵਰਨਮੈਂਟ ਨਾਲ ਮਿਲ ਕੇ ਆਪਣੀ ਜ਼ਮੀਨਾਂ ਪ੍ਰਾਈਵੇਟ ਗੇਮ ਰਿਜ਼ਰਵ ਦਾ ਕਰਜ਼ਾ ਦਿੱਤਾ ਹੁੰਦਾ ਹੈ ਉੱਥੇ ਵੀ ਉਹੀ ਕਾਨੂੰਨ ਨਾਫਜ਼ ਹੁੰਦਾ ਹੈ ਜਿਹੜਾ ਇੱਕ ਗਵਰਨਮੈਂਟ ਦੀ ਪ੍ਰਾਈਮ ਮਿਨਿਸਟਰ ਗੇਮ ਰਿਜ਼ਰਵ ਵਿੱਚ ਹੁੰਦਾ ਹੈ ਇੱਥੇ ਵੀ ਸ਼ਿਕਾਰ ਮਨਾ ਹੁੰਦਾ ਹੈ ਲੇਕਿਨ ਇਹ ਜਿਹੜਾ ਮਾਲਕ ਹੁੰਦਾ ਉਸ ਦੀ ਮਰਜ਼ੀ ਨਾਲ ਮਹਿਦੂਦ ਸ਼ਿਕਾਰ ਕਰਦਾ ਜੋ ਤਾਂ ਉਹ ਦੇਖੋ ਕਿ ਬੜੀ ਲਿਸਟ ਹੈ ਕਿਤਨਾ ਏਰੀਆ ਵੀ ਹੁੰਦਾ ਕਿ ਹੈਕਟੇਅਰ ਦੇ ਵਿੱਚ ਤਾਂ ਏਰੀਆ ਵੀ ਦਿੱਤਾ ਹੈ ਕਿ ਕਿਤਨੇ ਬੜੇ ਏਰੀਆ ਤੇ ਫੈਲੇ ਹੁੰਦੇ ਨੇ ਔਰ ਸਿਰ ਸਿਰਫ ਹਜ਼ਾਰਾਂ ਡੀਵੀ ਨੇ ਇਹ ਬਹੁਤ ਬੜੀ ਲਿਸਟ ਹੈ ਇਹ ਸਾਡੇ ਕਰੀਬ ਕਰੀਬ ਬਹੁਤ ਸਾਰੇ ਖੂਬਸੂਰਤ ਜਿਹੇ ਇਲਾਕੇ ਪਾਏ ਜਾਂਦੇ ਨੇ ਇਸ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਫੜ ਕੇ ਤੇ ਉਹਨਾਂ ਨੂੰ ਬਹੁਤ ਸਾਰੀ ਮਾਲੂਮਾਤ ਦੇ ਸਕਦੇ ਹਾਂ ਇਸ ਤੋਂ ਬਾਅਦ ਇਹ ਕਿਤਨੇ ਪਰਮਿਟ ਵਗੈਰਾ ਦਿੰਦੇ ਨੇ ਤੁਸੀਂ ਪਲਾਟ ਸਾਈਜ਼ ਕਿਤਨਾ ਹੈ ਮੁਖਤਲਿਫ ਗੇਮ ਰਿਜ਼ਰਵ ਨੇ ਅੱਗੇ ਆ ਜਾਓ ਇਹ ਵੀ ਸਾਰਾ ਇਸੇ ਤਰ੍ਹਾਂ ਹੀ ਕਿ ਮੁਖਤਲਿਫ ਗੇਮ ਰਿਜ਼ਰਵ ਦਾ ਕਿਤਨਾ ਏਰੀਆ ਹੁੰਦਾ ਹੈ ਕਿਤਨਾ ਪਲਾਟ ਨੇ ਉਹ ਕਿਤਨੇ ਉਹ ਉਸੇ ਦੀ ਗ੍ਰੇ ਪਾਰਟਿਜਸ ਯਾਨੀ ਭੂਰਾ ਦੇਸਰ ਤੇ ਬਲੈਕ ਪਾਰਟਿਜਸ ਕਾਲਾ ਦੇਸਰ ਉਸਦੀ ਕਿਤਨੀ ਤਦਾਦ ਮੌਜੂਦ ਹੈ ਇਸ ਵਕਤ ਇਹ ਸਾਰਾ ਡੇਟਾ ਉਸ ਵਿੱਚ ਜਮ੍ਹਾਂ ਕੀਤਾ ਗਿਆ ਅੱਗੇ ਨੈਸ਼ਨਲ ਸਿੰਬਲ ਜਿਹੜੇ ਅਸੀਂ ਸਿਰਫ ਚੰਦ ਚੀਜ਼ਾਂ ਦੇ ਵਾਕਫ ਹੋਣੇ ਆ ਤੇਰਾ ਮਾਲੂਮਾਤੀ ਪ੍ਰੋਗਰਾਮ ਹੈ ਤੁਹਾਡੀ ਸਮਾਂ ਫਰਾਸ਼ੀ ਦੀ ਮਾਫੀ ਚਾਹਨਾ ਲੇਕਿਨ ਇਹ ਤੁਸੀਂ ਦੇਖੋ ਕਿ ਅਸਾਂ ਸਾਡਾ ਜਿਹੜਾ ਕੌਮੀ ਦਰਖਤ ਹੈ ਇਹ ਦਿਉਦਾਰ ਹੈ ਇਸ ਵਿੱਚ ਕਈ ਮਾਲੂਮਾਤ ਦੀ ਗਈ ਹੈ ਨੈਸ਼ਨਲ ਫੁੱਲ ਜਿਹੜਾ ਸਾਡਾ ਉਹ ਜਸਮੀਨ ਹੈ ਜਿਸ ਅਸੀਂ ਚਮੇਲੀ ਆਪਦੇ ਹਾਂ ਨੈਸ਼ਨਲ ਫਰੂਟ ਜਿਹੜਾ ਸਾਡਾ ਉਹ ਆਮ ਹੈ ਮੈਂਗੋ ਹੈ ਔਰ ਨੈਸ਼ਨਲ ਐਨੀਮਲ ਜਿਹੜਾ ਹੈ ਸਾਡਾ ਜਾਨਵਰ ਜਿਹੜਾ ਹੈ ਉਹ ਮਾਰਕੋਰ ਹੈ ਪਹਾੜੀ ਬੱਕਰਾ ਹੈ ਸਟੇਟ ਐਨੀਮਲ ਵੀ ਹੁੰਦਾ ਹੈ ਸਟੇਟ ਐਨੀਮਲ ਦਾ ਦਰਜਾ ਜਿਹੜਾ ਹੈ ਉਹ ਪਹਾੜੀ ਕੁਰਬਾਨੀ ਚੀਤੇ ਹਨ ਦਿੱਤਾ ਗਿਆ ਇਸ ਤਰ੍ਹਾਂ ਜਿਹੜਾ ਨੈਸ਼ਨਲ ਸਾਡਾ ਕੌਮੀ ਪਰਿੰਦਾ ਹੈ ਉਹ ਚਕੋਰ ਹੈ ਔਰ ਸਟੇਟ ਜਿਹੜਾ ਪਰਿੰਦਾ ਹੈ ਉਹ ਸ਼ਾਹੀਨ ਹੈ ਜਿਹੜਾ ਇਕਬਾਲ ਅਦਰਤ ਅਲਾਮਾ ਇਕਬਾਲ ਦਾ ਬੜਾ ਫੇਵਰੇਟ ਹੈ ਇਸ ਤੋਂ ਇਲਾਵਾ ਐਕਵੇਟਿਕ ਐਨੀਮਲ ਜਾਨੀ ਪਾਣੀ ਵਿੱਚ ਰਹਿਣ ਵਾਲੇ ਜਿਹੜੇ ਐਨੀਮਲ ਨੇ ਉਹ ਤੁਸੀਂ ਦੇਖਦੇ ਆ ਕਿ ਸਾਡੇ ਜਿਹੜਾ ਨੈਸ਼ਨਲ ਐਕਵੇਟਿਕ ਐਨੀਮਲ ਹੈ ਉਹ ਇੰਡਸ ਰਿਵਰ ਡਾਲਫਿਨ ਡਾਲਫਿਨ ਨੇ ਜਿਹੜੀ ਅਸਲ ਦਾ ਐਕਵੇਟਿਕ ਐਨੀਮਲ ਹੈ ਸਾਡੀ ਮੱਛੀ ਜਿਹੜੀ ਹੈ ਮਾਸ਼ੇਰ ਹੈ ਸਾਡੇ ਇਸ ਕਬੀਰਾ ਡੈਮ ਦੀ ਬੜੀ ਮਸ਼ਹੂਰ ਬੜੀ ਲਜ਼ੀਜ਼ ਫਿਸ਼ ਹੈ ਔਰ ਇਹ ਸਾਡੀ ਨੈਸ਼ਨਲ ਫਿਸ਼ ਹੈ ਇਸ ਤਰ੍ਹਾਂ ਜਿਹੜਾ ਰੈਪਟਾਈਲ ਹੈ ਰਿੰਗਣੇ ਵਾਲੇ ਸੱਪਾਂ ਦੀ ਤਰ੍ਹਾਂ ਦੇ ਜਾਨਵਰ ਜਿਹੜੇ ਨੇ ਉਸ ਵਿੱਚੋਂ ਕ੍ਰੋਕੋਡਾਇਲ ਜਿਹੜਾ ਮਗਰਮੱਛ ਇਹ ਸਾਡਾ ਨੈਸ਼ਨਲ ਰੈਪਟਾਈਲ ਹੈ ਐਮਫੀਬੀਅਨ ਜਿਹੜੇ ਪਾਣੀ ਖੁਸ਼ਕੀ ਦੋ ਜਗ੍ਹਾ ਰਹਿੰਦੇ ਨੇ ਉਸ ਵਿੱਚ ਸਟੋਰਡ ਹੈ ਅੱਗੇ ਇਹਨਾਂ ਦੀ ਤਸਵੀਰਾਂ ਵੀ ਆਏ ਨੇ ਇਹ ਤਿਆਰ ਹੈ ਦਿਉਦਾਰ ਵੀ ਸਾਥ ਨੇ ਤਿਆਰ ਸਾਥ ਨੇ ਚਮੇਲੀ ਹੈ ਔਰ ਇਹ ਬੜਾ ਖੂਬਸੂਰਤ ਚਕੋਰ ਹੈ ਉਸ ਤੋਂ ਬਾਅਦ ਇਹ ਫਾਲਕਨ ਹੈ ਔਰ ਇਹ ਮਾਸ਼ੇਰ ਹੈ ਮਗਰਮੱਛ ਹੈ ਸਟੋਰਡ ਬਹੁਤ ਸ਼ੁਕਰੀਆ ਔਰ